2013 ਦਾ ਘਾਪਾ ਦੇਖੋ ਗਾਈ 10 ਸਾਲ ਹੋ ਗਏ ਇਹਨੂੰ। ਰਾਖੀ ਪੁੱਛੀ ਕੀ ਰੇਟ ਆ? ਗੱਤਕਾ ਖੇਲੀ ਜਾਂਦੇ ਲੱਗਦੇ ਆ ਹਨਾ, ਤਾਂ ਹੀ ਇੰਨਾ ਰਸ਼ ਹੋਇਆ ਪਿਆ। ਪਨੀਰ ਮਸਾਲਾ, ਚੀਜ਼, ਟਮਾਟੋ, ਪਨੀਰ ਤੋਂ ਪਿਆਜ਼, ਸੇਵ ਭਾਜੀ। ਨਾ ਚੂ ਛੱਡ ਦੇ, ਨਾ ਚਾਹ ਛੱਡ ਦੇ, ਪਾ ਕੇ ਬਠਿੰਡੇ ਵਾਲੇ ਗਾ ਛੱਡ ਦੇ, ਰਾਹ ਛੱਡ ਦੇ ਨੀ ਬਿੱਲੋ ਰਾਹ। ਹੈਲੋ ਫਰੈਂਡਸ, ਵੈਲਕਮ ਬੈਕ ਟੂ ਨਿਊ ਵਲੌਗ। ਮੈਂ ਆਪਣਾ ਦੋਸਤ ਬਿਸ਼ਮ ਸ਼ਰਮਾ। ਹੋਪ ਸਭ ਠੀਕ ਹੋ ਗਏ, ਮਜ਼ੇ ਮੇ ਹੋ ਗਏ, ਤੰਦਰੁਸਤ ਹੋ ਗਏ, ਅਤੇ ਨਾ ਕਿ ਆਪਾਂ ਹੋ ਗਏ ਰੈਡੀ ਜੋਤ ਬੱਤੀ ਆਪਾਂ ਕਰਤੀ, ਅਤੇ ਹੁਣ ਆਪਾਂ ਚੱਲਦੇ ਹਾਂ ਬਾਜ਼ਾਰ। ਵੀ ਅੱਜ 5-7 ਕੰਮ ਨੇ, ਉਹ ਕਰਕੇ ਆ ਕੇ ਦੇਖਦੇ ਗਾਈ ਅਸੀਂ ਨਾ ਇੱਕ ਗੇਮ ਪਲੇ ਕਰਾਂਗੇ, ਉਹਨੂੰ ਦਿਖਾਵਾਂਗੇ ਗੇਮ ਪਲੇ। ਮੈਂ ਤਾਂ ਰਾਖੀ ਦੇ ਉਹਨੇ ਗੇਮ ਖੇਡਾਂਗੇ। ਇੱਕ ਪਹਿਲਾਂ ਕੰਮ ਸੰਪੂਰਨ ਕਰਿਆ ਜੀ, ਇੱਕ ਸਾਡੀ ਮਾਤਾ ਨੇ ਲੈਣੀ ਹੈ ਸ਼ੱਕਰ, ਸ਼ੱਕਰ ਜੇ ਮਿਲਦੀ ਹੋਈ ਬਿਨਾਂ ਕੈਮੀਕਲ ਵਾਲੀ ਕੋਹ ਲੈ ਕੇ ਆਉਣੀ ਹੈ, ਅਤੇ ਦੋ ਕੰਮ ਹੈ ਮੇਰੇ, ਉਹ ਮੈਂ ਕਰਕੇ ਆਉਂਦਾ ਹੈਗਾ, ਅਤੇ ਨਾਲੇ ਦੇਖਦੇ ਹਾਂ ਕੀ ਬਣਿਆ ਅੱਜ ਪੈਟਰੋਲ ਪੰਪਾਂ ਦਾ, ਕਿਉਂਕਿ ਕੱਲ੍ਹ ਹੀ ਹੜਤਾਲ ਖਤਮ ਹੋ ਗਈ ਸੀਗੀ ਗਾਈ, ਅਤੇ ਮੈਨੂੰ ਤਾਂ ਪਤਾ ਸੀਗਾ ਮੈਂ ਕਿਹਾ ਇਹ ਚੀਜ਼ਾਂ ਜ਼ਿਆਦਾ ਦੇਰ ਬੰਦ ਨਹੀਂ ਰਹਿ ਸਕਦੀਆਂ, ਕੋਮਨ ਸੈਂਸ ਹੁੰਦੀ ਹੈ ਨਾ, ਪਰ ਲੋਕ ਹੜਮ ਟੁੱਟ ਪੱਕੇ ਪੈ ਜਾਂਦੇ ਆ ਵੀ ਹਾਂ ਬਈ ਤਾਂ ਮਾਰੋ ਮਾਰੋ ਹੋ ਗਈ। ਚਲੋ ਕੋਈ ਗੱਲ ਨਹੀਂ, ਆਪਾਂ ਗਏ ਨਹੀਂ ਸੀਗੇ, ਅਤੇ ਹੁਣ ਆਪਾਂ ਚੱਲਾਂਗੇ, ਦੇਖਾਂਗੇ ਹੁਣ ਕੀ ਮਾਹੌਲ ਬਣਿਆ, ਤੁਹਾਨੂੰ ਵੀ ਦਿਖਾਵਾਂਗੇ ਕਿਹੋ ਜਿਹੇ ਪੰਪ ਨੇ, ਹੁਣ ਕੀ ਹੋਇਆ ਉੱਥੇ, ਖਾਲੀ ਪਏ ਨੇ, ਬੰਦ ਨੇ, ਕੀ ਹਿਸਾਬ ਕਿਤਾਬ ਹੈ। ਠੀਕ ਹੈ ਗਾਈ, ਹੁਣ ਆਪਾਂ ਚੱਲਦੇ ਹਾਂ ਬਾਜ਼ਾਰ ਦੇ ਵਿੱਚ। ਉਹ ਗਾਈ, ਆਪਾਂ ਸੰਨੀ ਘਰੇ ਆਏ ਸੀਗੇ, ਸੰਨੀ ਨੂੰ ਨਾਲ ਲੈ ਕੇ ਆਉਣ ਵਾਸਤੇ, ਰੋਟੀ ਖਾ ਰਿਹਾ ਦੇਖੋ, ਮੱਖਣ ਨਾਲ ਦਾਲ ਵਾਲੀ, ਦਾਲ ਵਾਲੀ ਕਿ ਬੇਸਣ ਵਾਲੀ ਆਂਟੀ, ਦਾਲ ਵਾਲੀ ਹੈ ਨਾ, ਖਾਂਦੇ ਹਾਂ। ਗਾਈ ਦਾ ਦੇਖੋ ਮੈਜਿਕ ਕੱਪ, ਇਹ ਬਹੁਤ ਪੁਰਾਣਾ ਕੱਪ ਹੈ। ਸੰਨੀ ਕਿੰਨੇ ਸਾਲ ਹੋ ਗਏ ਇਹਨੂੰ? 2013 ਦਾ ਕੱਪ ਹੈ ਦੇਖੋ ਗਾਈ, 10 ਸਾਲ ਹੋ ਗਏ ਇਹਨੂੰ, ਸੰਨੀ ਦਾ ਕੱਪ ਹੈ ਇਹ। ਆਹ ਸੰਨੀ, ਇਹ ਜਿਵੇਂ ਜਿਵੇਂ ਆਪਾਂ ਗਰਮ ਪਾਣੀ ਪਾਉਂਦੇ ਹਾਂ ਨਾ, ਉਵੇਂ ਉਵੇਂ ਫੋਟੋਆਂ ਬਾਹਰ ਆ ਜਾਂਦੀਆਂ ਉੱਭਰ ਕੇ। ਹੁਣ ਇਹ ਚਾਹ ਪਾਈ ਵੀ ਹੈ ਸੰਨੀ ਜੀ, ਦੇਖੋ ਆਹ ਮੇਰੀ ਚਾਹ, ਘੈਂਟ ਹੈ ਯਾਰ, ਮੈਨੂੰ ਮੀਂਹ ਨਹੀਂ ਸੀ ਹਜੇ ਤੱਕ, ਇਹ ਸਾਂਭਿਆ ਹੋਊਗਾ। ਦੇਖੋ ਗਾਈਸ, ਪੈਟਰੋਲ ਪੰਪਾਂ ਦੇ ਕੋਈ ਭੀੜ ਨਹੀਂ ਹੈਗੀ ਜੀ, 2 ਮਿੰਟ ਦਾ ਸ਼ੋਰ ਮਚਾ ਜਾਵੇ ਜਿਹੜੇ ਨੇ ਕੱਲ ਤੇਲ ਪਵਾਇਆ। ਹਾਂਜੀ ਦੇਖੋ ਜੀ, ਖਾਲੀ ਪਏ ਨੇ ਪੈਟਰੋਲ ਪੰਪ, ਕੋਈ ਹੋਰ ਖਾਲੀ ਭਰ ਗਿਆ ਗੱਡੀਆਂ, ਹੁਣ ਕੱਲ ਭਰ ਗਿਆ, ਹੁਣੇ ਵਿਹਲੇ ਆ, ਵਿਹਲੇ ਆ ਗਾਈਸ। ਘਰੇ ਪਹੁੰਚ ਗਏ ਆਪਾਂ, ਤੇ ਮੰਮੀ ਵੀ ਹੋ ਗਏ ਹੁਣ ਰੈਡੀ, ਉਹ ਬੈਠੇ ਨੇ ਦੇਖੋ ਟੀਵੀ ਦੇਖੀ ਜਾਂਦੇ ਨੇ ਬੈਠੇ, ਤੇ ਰਾਖੀ ਬਣਾਈ ਜਾਂਦੀ ਆ ਰੋਟੀ। ਟਾਈਮ 1 ਵੱਜ ਗਿਆ ਦੇਖੋ, ਉਹ ਲੱਗੀ ਹੋਈ ਆ ਰੋਟੀ ਬਣਾਉਣ ਵਾਸਤੇ, ਆ ਮੰਮੀ ਦੇ ਵਾਸਤੇ ਆ। ਲਓ ਜੀ ਮੰਮੀ ਰੋਟੀ ਦੇ ਕੇ ਆਈ ਹੈ। ਗਾਈਸ ਟਾਈਮ ਹੋ ਗਿਆ ਆਪਣਾ 3:30 ਹੋ ਗਏ, ਅਤੇ ਅਸੀਂ ਚੱਲੇ ਹੁਣ ਮਾਸੀ ਕੇ, ਅਤੇ ਮੰਮੀ ਬੈਠੇ ਆ ਬਾਹਰ, ਅੱਜ ਅੱਗ ਸੇਕੀ ਜਾਂਦੇ ਆ, ਠੰਡ ਬਹੁਤ ਅੱਜ ਬਾਹਰ, ਗੁਆਂਢੀ ਨੇ ਵਾਲੀ ਵੀ ਆ ਧੂਣੀ, ਅਤੇ ਉਹ ਸੇਕੀ ਜਾਂਦੇ ਆ। ਰਾਖੀ ਹੋ ਗਈ ਰੈਡੀ, ਅਸੀਂ ਚੱਲਦੇ ਹਾਂ ਹੁਣ ਮਾਸੀ ਕੇ, ਮੰਮੀ ਦਾ ਫੋਨ ਮੰਮੀ ਨੂੰ ਦੇ ਦਈਏ ਆਪਾਂ, ਨਾਲੇ ਤੁਹਾਨੂੰ ਦਿਖਾਉਣਾ ਧੂਣੀ ਸੇਕੀ ਜਾਂਦੇ ਬਾਹਰ ਬੈਠੇ। ਕਹਿੰਦੇ ਭਾਈ ਚੱਲ ਮੈਂ ਵੀ 10 ਮਿੰਟ ਧੂਣੀ ਸੇਕ ਲਾ, ਮੈਂ ਕਿਹਾ ਸੇਕੋ ਜੀ ਸੇਕੋ। ਉਹ ਦੇਖੋ ਉਹ ਬੈਠੇ ਆ, ਹਲ ਫੋਨ, ਮਾਸੀ ਦਾ ਫੋਨ ਆ ਗਿਆ, ਜਾ ਕੇ ਆਉਂਦੇ ਅਸੀਂ, ਠੀਕ ਹੈ। ਹਾਂ ਪਹੁੰਚ ਗਏ ਜੀ ਅਸੀਂ, ਨਮਸਤੇ ਬਾਬੀ ਜੀ, ਹੋ ਠੀਕ ਹੋ? ਲੈ ਅਸ ਤਾਂ ਬਾਬੀ ਪੈਂਟ ਸ਼ਰਟ ਪਾਈ ਬੈਠੇ ਆ, ਕਿ ਡਰੈਸ ਹੈ ਸਕੂਲ ਦੀ? ਅੱਛਾ ਸਕੂਲ ਦੀ ਡਰੈਸ ਹੈ ਇਹ, ਓਕੇ। ਜੈ ਸ਼੍ਰੀ ਰਾਮ ਮਾਸੀ ਜੀ, ਹੋਰ ਠੀਕ ਹੋ? ਜੈ ਸ਼੍ਰੀ ਰਾਮ। ਹੈਲੋ ਗਾਈਸ, ਹੈਲੋ ਗਾਈਸ, ਹੈ
ਗਾਈਜ਼, ਮਾਸੀ ਜੀ ਘਰੋਂ ਅਸੀਂ ਆ ਗਏ ਸੀਗੇ ਅਤੇ ਆ ਕੇ ਅਸੀਂ ਕੱਪੜੇ ਕਰ ਲਏ ਹੁਣ ਚੇਂਜ, ਹੁਣ ਕਿਉਂਕਿ ਬਾਜ਼ਾਰ ਜਾਣਾ ਹੈਗਾ, ਇੱਕ ਰਾਸ਼ਨ ਲੈ ਕੇ ਆਉਣਾ ਹੈਗਾ, ਬਹੁਤ ਕੰਮ ਕਰਨੇ ਹੈਗੇ, ਚੱਲਦੇ ਹਾਂ ਆਪਾਂ ਦਿਖਾਉਂਦੇ ਹੈਗੇ ਕੀ ਕਰਨੇ ਆ। ਅੱਜ ਦੋਨੇ ਜਾਣੇ ਮੇਰੇ ਤੋਂ ਰਾਸ਼ਨ ਪਾਣੀ ਲੈ ਕੇ ਚੜ੍ਹ ਗਏ, ਦਿਮਾਗ ਖਰਾਬ ਕਰਤਾ ਮੇਰਾ, ਅਤੇ ਹੁਣ ਚੱਲਦੇ ਹਾਂ। ਚਲੋ ਟਾਈਮ ਹੋ ਗਿਆ 5 ਵੱਜ ਗਏ, ਹੁਣ ਨਿਕਲਣ ਲੱਗੇ ਹਾਂ। ਠੰਡ ਬਹੁਤ ਆ, ਠੰਡ ਦੇ ਵਿੱਚ ਨਹੀਂ ਜੀ ਕਰਦਾ ਕੰਮ ਕਰਨ ਦਾ ਬੰਦੇ ਦਾ ਕਈ ਵਾਰ, ਹੈ ਨਾ। ਇਸ ਟਾਈਮ ਟਾਈਮ ਨਿਕਲ ਲਾਂਗੇ 5 ਵਜੇ ਯਾਰ, ਮੈਂ ਕਹਿੰਦਾ ਸਵੇਰੇ ਚੱਲਾਂਗੇ, ਸਾਰਾ ਕੰਮ ਸਵੇਰੇ ਛੱਡਿਆ ਕਰੋ, ਸਾਰਾ ਕੰਮ ਸਵੇਰੇ ਛੱਡਿਆ ਕਰੋ। ਹਾਂ ਚਲੋ ਭਾਈ ਠੀਕ ਹੈ, ਚੱਲਦੇ ਹਾਂ ਫਿਰ, ਫਿਰ ਤਾਂ ਕਰਕੇ ਫਿਰ ਹੁਣ ਕੱਪੜੇ ਚੇਂਜ ਕੀਤੇ ਆ, ਹੁਣ ਚੱਲਦੇ ਹਾਂ ਬਾਜ਼ਾਰ। ਹੁਣ ਆਪਾਂ ਚੱਲੇ ਹਾਂ ਮਾਰਕੀਟ, ਉਹ ਬੈਠੇ ਹਾਂ ਬਾਹਰ। ਅੱਜ ਕਿੰਨੇ ਵਜੇ ਦੀ ਅੱਗ ਮਚਾ ਰੱਖੀ ਹੈ? ਬੜਾ ਵਧੀਆ ਕੰਮ ਕਰਦਾ। ਚਲੋ ਦੇਖੋ ਭਾਈ, ਮੌਸਮ ਬਹੁਤ ਠੰਡਾ ਅੱਜ ਯਾਰ। ਸਭ ਤੋਂ ਪਹਿਲਾਂ ਆਪਾਂ ਦਵਾਈ ਲੈਣ ਆਏ ਸੀਗੇ ਵੀਰੇ ਕੋਲੇ, ਵੀਰੇ ਦਵਾਈ ਅੰਦਰ ਲੈਣ ਗਿਆ ਹੋਇਆ। ਖਜੂਰ ਯਾਰ, ਖਜੂਰ ਕਹਿੰਦੇ ਸੀਗੇ ਮੰਮੀ, ਰਾਖੀ ਪੁੱਛੀ ਕੀ ਰੇਟ ਆ, ਖਜੂਰ ਲੈ ਲਈਏ। ਲੈ ਲਾ ਭਾਈ, ਇਹ ਲੈ ਲਾ ਮੰਮੀ ਵਾਸਤੇ ਲੈਣੀ। ਨਗਰ ਕੀਰਤਨ ਆ ਗਿਆ ਲੱਗਦਾ, ਗੱਤਕਾ ਖੇਲੀ ਜਾਂਦੇ ਲੱਗਦੇ ਆ, ਹਨਾ, ਤਾਂ ਹੀ ਇੰਨਾ ਰਸ਼ ਹੋਇਆ ਪਿਆ। ਨਗਰ ਕੀਰਤਨ ਨਿਕਲ ਰਿਹਾ ਲੱਗ ਰਿਹਾ, ਲੱਗ ਨਹੀਂ ਰਿਹਾ, ਨਿਕਲ ਹੀ ਰਿਹਾ, ਸੋਰੀ। ਭੀੜ ਬਹੁਤ ਹੈ ਇੱਧਰ ਦੀ ਤਾਂ। ਕਿੰਨਾ ਲੰਬਾ ਰਸ਼ ਹੈ ਨਾ, ਪਿੱਛੇ ਵੀ ਟ੍ਰੈਫਿਕ ਬਹੁਤ ਹੋਇਆ ਪਿਆ। ਤੇ ਗਾਈਸ, ਹੁਣ ਆਪਾਂ ਚੱਲੇ ਹਾਂ ਰਾਸ਼ਨ ਲੈਣ। ਅੱਜ ਆਪਾਂ ਡੀ ਮਾਰਟ ਨਹੀਂ ਜਾ ਰਹੇ ਕਿਉਂਕਿ ਤਾਂ ਠੰਡ ਬਹੁਤ ਹੈ, ਤੇ ਹੁਣ ਆਪਾਂ ਸਮਾਰਟ ਬਾਸਕਿਟ ਜਾਵਾਂਗੇ, ਇੱਥੋਂ ਲੈ ਕੇ ਆਵਾਂਗੇ ਅੱਜ ਰਾਸ਼ਨ। ਅੱਜ ਨਵੀਂ ਥਾਂ ਤੋਂ ਟਰਾਈ ਕਰ ਰਹੇ ਹਾਂ ਵੀ ਨੇੜੇ ਆ ਨਾਲੇ, ਤਾਂ ਨਾਲੇ ਠੰਡ ਬਹੁਤ ਹੈ, ਹੈ ਸਮਾਨ ਵੀ ਥੋੜ੍ਹਾ, ਹਾਂ ਸਮਾਨ ਵੀ ਥੋੜ੍ਹਾ ਔਰ ਠੰਡ ਵੀ ਬਹੁਤ, ਇੰਨੀ ਦੂਰ ਜਾਣਾ ਔਖਾ ਲੱਗਦਾ, ਇਸ ਕਰਕੇ ਆਪਾਂ ਅੱਜ ਇੱਥੋਂ ਹੀ ਲੈ ਕੇ ਆਵਾਂਗੇ। ਅਤੇ ਨਾਲੇ ਜਿੱਥੇ ਮੋਮੋਜ਼ ਵਾਲਾ ਹੋਇਆ ਮੋਮੋਜ਼ ਖਾਵਾਂਗੇ, ਐਂ ਕਿਵੇਂ ਖਾਵਾਂਗੇ ਵੀ, ਖਾਵਾਂਗੇ ਐਂ ਕਿਵੇਂ ਨਹੀਂ ਖਾਵਾਂਗੇ, ਖਾਵਾਂਗੇ। ਚੱਲ ਗੋਲ ਗੱਪੇ ਖਿਲਾ ਦਿਓ, ਮੈਂ ਖਾਂਦੀ ਹਾਂ ਗੋਲ ਗੱਪੇ ਠੰਡ 'ਚ। ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਮੈਂ ਐਤਵਾਰ ਨੀ ਹੁਣ ਥੋੜ੍ਹਾ ਕੰਟਰੋਲ ਰੱਖੂਗੀ, 15-20 ਦਿਨ ਕੁਛ ਤਲਿਆ ਫਲਿਆ ਨਹੀਂ ਖਾਊਂਗੀ। ਪਰ ਫਿਰ ਤੇਰੀ ਯਾਦ ਆ ਗਿਆ ਵੀ ਉੱਥੇ ਮੋਮੋਜ਼ ਵਾਲਾ ਕੱਢਦਾ, ਮੂੰਹ 'ਚ ਨਿਕਲ ਹੀ ਗਿਆ ਵੀ ਮੋਮੋਜ਼ ਖਾਣੇ ਆ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਨਾ ਮੈਂ ਜਿੰਨੀ ਮਰਜ਼ੀ ਜ਼ਿੰਦਗੀ ਕਰੀ ਆਵਾਂ, ਤੁਸੀਂ ਖਿਲਾਈ ਹੋਣਾ। ਕਹਿੰਦੇ ਦੇਖ ਲੈ ਫਿਰ ਉਸ ਕੇ ਬਹਿਰ ਨਹੀਂ ਹੈ, ਜਦੋਂ ਮੈਂ ਤੈਨੂੰ ਕਹਿੰਦਾ ਮੈਂ ਨਹੀਂ ਖਿਲਾਉਂਦਾ, ਐਂ ਸੀ ਨਾ। ਕੀ ਕਰੀਏ, ਜੀ ਕਰੇ ਆਉਂਦਾ ਖਾਣ ਨੂੰ, ਦੇਖ ਕੇ ਫਿਰ ਹੁਣ ਜਮਾਂ ਉੱਥੇ ਨੇੜੇ ਜਾਵਾਂਗੇ ਜਿੱਥੋਂ ਮੋਮੋਜ਼ ਲੈ ਕੇ ਆਉਂਦੇ ਨੇ, ਸਮਾਰਟ ਬਾਸਕਿਟ ਦੇ ਕੋਲ ਹੀ ਖੜਦਾ ਉਹ ਵੀਰਾ। ਪਹੁੰਚਣ ਵਾਲੇ ਆਪਾਂ ਹੁਣ ਸਮਾਰਟ ਬਾਸਕਿਟ, ਲੈਫਟ ਸਾਈਡ ਆ ਕਿ ਰਾਈਟ ਸਾਈਡ ਹੈ
ਰਾਈਟ ਸਾਈਡ ਕਿੱਥੇ ਹੈ ਸਮਾਰਟ ਪਹੁੰਚ ਗਏ ਆਪਾਂ। ਚਲੋ ਹੈ ਨੀ ਤੇਲ ਇੱਥੇ ਸਿੰਪਲ ਵਾਲਾ, ਹੋਰ ਸਮਾਨ ਲਓ। ਦਾਲਾਂ ਵਗੈਰਾ ਸਾਹਮਣੇ ਪਈਆਂ, ਚਾਵਲ ਆਪਾਂ ਲੈ ਲਏ। ਲੋ ਗਾਈਸ ਘਰੇ ਪਹੁੰਚ ਗਏ ਆਪਾਂ, ਮੰਮੀ ਜੋਤ ਕਰੀ ਜਾਂਦੇ ਆ, ਸਮਾਨ ਲਿਆਂਦਾ ਆਪਾਂ, ਰਾਸ਼ਨ ਰੂਸ਼ਨ ਲਿਆਂਦਾ ਸਾਰਾ। ਕਿਆ ਬਣਾ ਰਹੇ ਹਾਂ ਤੂੰ? ਜੇਲੋ ਦਾਲ ਕੋ ਤੜਕਾ ਲੱਗ ਰਿਹਾ। ਮੰਮਾ ਤੁਸੀਂ ਬਿਨਾਂ ਤੜਕੇ ਵਾਲੀ ਖਾਓਗੇ? ਹਾਂ ਬਈ, ਬਿਨਾਂ ਤੜਕੇ ਵਾਲੀ। ਗੋਲੀਆਂ ਚਲਾਉਣ ਦਾ ਵੀ, ਗੋਲੀਆਂ ਚਲਾਉਣ ਦਾ ਵੀ, ਗੋਲੀਆਂ ਚਲਾਉਣ ਦਾ। ਅਖੇ ਕੀ ਬਣਾਏਗਾ ਦਾਣਾ, ਚਾਵਲ ਬਣਾਏਗਾ, ਰੋਟੀ ਬਣਾਏਗਾ ਓਏ? ਹੈ ਚਾਵਲ ਨਹੀਂ ਖਾਂਦਾ, ਪੱਕੀ ਗੱਲ ਹੈ? ਚਲੋ ਹੁਣ ਤਾਂ ਚਾਵਲ ਆ ਗਏ। ਪੂਰੀ ਠਾਰੀ ਹੈ ਭਾਈ ਦੁਬਾਰੇ ਆ ਧਰਮ ਨਾਲ ਜਾਈਦਾ। ਆਪਣੀ ਜਲਦੀ ਇੱਕ ਮੂਵੀ ਹੋਰ ਆ ਰਹੀ ਹੈ ਤੁਹਾਡੇ ਵਾਸਤੇ, ਉਹ ਮੈਂ ਤੁਹਾਨੂੰ ਦੱਸ ਦੂੰਗਾ। ਵੈਸੇ ਆਪਣੀ ਮੂਵੀ ਦਾ ਜਿਹੜਾ ਟਾਈਮ ਹੈ ਉਹ 10 ਵਜੇ ਤੋਂ ਆਇਆ ਕਰੂਗਾ, ਸਵੇਰੇ 10 ਵਜੇ ਆਪਾਂ ਅਪਲੋਡ ਕਰ ਦਿਆ ਕਰਾਂਗੇ ਮੂਵੀ। ਜਿਹੜੀ ਮੂਵੀ ਆਪਾਂ ਪਾਇਆ ਕਰਾਂਗੇ ਉਹ ਸਹੀ ਤੁਹਾਨੂੰ 10 ਵਜੇ ਦੇਖਣ ਨੂੰ ਮਿਲ ਜਾਇਆ ਕਰੂਗੀ, ਠੀਕ ਹੈ ਜੀ? ਅਤੇ ਬਸ ਆਲਮੋਸਟ ਮੂਵੀ ਕ੍ਰੀਏਟ ਹੋ ਚੁੱਕੀ ਹੈ, ਬਸ ਉਹਦੀ ਐਡੀਟਿੰਗ ਪੈਂਡਿੰਗ ਹੈ। ਅਤੇ ਐਡੀਟਿੰਗ ਮੇਰੇ ਖਿਆਲ ਨਾਲ ਮੈਂ ਸ਼ਾਇਦ ਕੱਲ੍ਹ ਸ਼ਾਇਦ, ਵੈਸੇ ਉਮੀਦ ਆ ਤੁਹਾਨੂੰ ਫਰਾਈਡੇ ਜਾਂ ਤੁਹਾਨੂੰ ਸੈਟਰਡੇ, ਸੈਟਰਡੇ ਤਾਂ ਫਾਈਨਲ ਹੀ ਹੈ, ਸੈਟਰਡੇ ਤਾਂ ਫਾਈਨਲ ਹੀ ਹੈ, ਤੁਹਾਨੂੰ ਸੈਟਰਡੇ ਦੇਖਣ ਨੂੰ ਮਿਲ ਜੂਗੀ। ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਫਰਾਈਡੇ ਮਿਲ ਜਾਵੇ। ਜਿਹੜੀ ਵੀ ਟਾਈਮਿੰਗ ਵਗੈਰਾ ਹੋਊਗੀ ਜਦੋਂ ਅਪਲੋਡ ਹੋਣੀ ਹੈ ਉਹਨਾਂ ਦੀ ਮੈਂ ਪੋਸਟ ਪਾ ਦਿਆ ਕਰੂੰਗਾ ਵਿਦ ਥੰਬਨੇਲ, ਅਤੇ ਤੁਸੀਂ ਦੇਖ ਸਕਦੇ ਹੋ। ਤੁਸੀਂ ਬਹੁਤ ਪਿਆਰ ਦੇ ਰਹੇ ਹੋ, ਜਿਹੜੀ ਮੈਂ ਹੁਣ ਮੂਵੀ ਪਾਈ ਸੀਗੀ ਮਾੜੀ ਸੱਸ, ਉਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਗਾਈਸ। ਸਭ ਤੋਂ ਵਧੀਆ ਮੇਰੀ ਮੂਵੀ ਉਹ ਹੈ ਜਿਹੜੀ ਵਿਊ ਲੈ ਕੇ ਆ ਰਹੀ ਹੈ, ਚੱਲ ਰਹੀ ਹੈ ਰੱਬ ਦੀ ਦਇਆ ਨਾਲ। ਅਤੇ ਚਲੋ ਜਿਹੜੀ ਆਉਣ ਵਾਲੀ ਮੂਵੀ ਹੈ ਉਹਨੂੰ ਵੀ ਉਨਾ ਹੀ ਪਿਆਰ ਦਿਓ, ਉਹਨੂੰ ਹੋਰ ਵੀ ਜ਼ਿਆਦਾ ਪਿਆਰ ਦਿਓ, ਠੀਕ ਹੈ ਗਾਈਸ? ਅਤੇ ਬਸ ਉਹਦਾ ਟਾਈਟਲ ਹੈ ਜਿਹੜਾ, ਟਾਈਟਲ ਤੁਹਾਨੂੰ ਮੈਂ ਚਲੋ ਨੈਕਸਟ ਵਲੌਗ 'ਤੇ ਦੱਸੂੰਗਾ ਟਾਈਟਲ ਉਹਦਾ ਕੀ ਹੈ, ਠੀਕ ਹੈ ਜੀ? ਅੱਜ ਲਈ ਤੁਹਾਨੂੰ ਇੰਨਾ ਦੱਸਤਾ ਕਿ ਆਪਣੀ ਜਿਹੜੀ ਮੂਵੀ ਆ ਉਹ ਜਲਦੀ ਤੁਹਾਡੇ ਵਾਸਤੇ ਆ ਰਹੀ ਹੈ। ਗਾਈਸ ਹੁਣ ਆਪਾਂ ਚੱਲੇ ਹਾਂ ਸੰਨੀ ਨਾਲ, ਆਪਾਂ ਜਾਣਾ ਪ੍ਰਤਾਪ ਨਗਰ ਅਨਮੋਲ ਢਾਬੇ 'ਤੇ ਸਬਜ਼ੀ ਲੈਣ ਵਾਸਤੇ। ਅਨਮੋਲ? ਹਾਂ, ਸੰਨੀ ਕਹਿੰਦਾ ਬਈ ਆਪਣੇ ਏਰੀਏ ਸਬਜ਼ੀ ਮਿਲਦੀ ਹੈ ਵਧੀਆ, ਮੈਂ ਕਿਹਾ ਮਿਲਦੀ ਆ ਵੀ ਵਧੀਆ, ਚੱਲਦੇ ਆਪਾਂ, ਠੀਕ ਹੈ? ਚਲੋ ਚੱਲੀਏ। ਕਿੱਥੇ ਗਿਆ ਵੀਰਾ ਉਹ? ਚੱਲ ਕਿਹੜੀ ਕਿਹੜੀ ਹੈ ਚੱਲ ਤੂੰ ਦੱਸ ਦੇ ਯਾਰ।
ਚੱਲ ਤੂੰ ਦੱਸ ਦੇ ਕਿਵੇਂ ਆ ਸਬਜ਼ੀ ਦੱਸੋ ਯਾਰ ਕਿਹੜੀ ਕਿਹੜੀ ਹੈ ਕੜੀ ਪਕੌੜਾ ਹੈ ਰਾਜਮਾ ਹੈ ਪੀਲੀ ਦਾਲ ਹੈ ਸ਼ਾਹੀ ਪਨੀਰ ਪਨੀਰ ਭੁਰਜੀ ਕੜਾਈ ਪਨੀਰ ਪਨੀਰ ਬਟਰ ਮਸਾਲਾ ਚੀਜ਼ ਟਮਾਟੋ ਪਨੀਰ ਦੋ ਪਿਆਜ਼ ਸੇਵ ਭਾਜੀ ਦੱਸ ਕਿਹੜੀ ਲੈਣੀ ਉਹ ਲੈ ਲਾ ਚੀਜ਼ ਟਮਾਟੋ ਲੈ ਲਾ ਹਾਂ ਵਧੀਆ ਚੀਜ਼ ਟਮਾਟੋ ਸੋ ਗਾਈਜ਼ ਹੁਣ ਆਪਾਂ ਕਰਦੇ ਹਾਂ ਡਿਨਰ ਅੱਜ ਬਣਿਆ ਘਰੇ ਚਾਵਲ ਜੀਰੇ ਤੜਕਾ ਲਾ ਕੇ ਅਤੇ ਰਾਖੀ ਨੇ ਬਣਾਇਆ ਚਾਵਲ ਮੰਮੀ ਤੂੰ ਚਾਵਲ ਖਾਂਦੇ ਮੰਮੀ ਥੋੜ੍ਹੇ ਜਿਹੇ ਖਾ ਲਏ ਅਤੇ ਹੁਣ ਆਪਾਂ ਕਰਦੇ ਹਾਂ ਗਾਈਜ਼ ਬਲੌਗ ਦਾ ਐਂਡ ਉਮੀਦ ਹੁਣ ਤੁਹਾਡਾ ਬਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਲਾਈਕ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ ਗੁੱਡ ਨਾਈਟ ਟੇਕ ਕੇਅਰ ਜੈ ਹਿੰਦ